ਲਾਰਾ ਸ਼੍ਰੀ ਸਤਿਗੁਰੂ ਬਾਬਾ ਲਾਲ ਦੇਵ ਮਹਾਰਾਜ ਜੀ ਨੇ ਸੰਮਤ 1412 ਮਾਘ ਮਹੀਨਾ ਕਦੋਂ ਹੁੰਦਾ ਜੀ? ਲੋਹੜੀ ਤੋਂ ਅਗਲੇ ਦਿਨ ਸੰਗਰਾਂਦ ਨੂੰ ਕੀ ਕਹਿੰਦੇ ਉਸ ਨੂੰ ਮਾਘੀ ਕਹਿੰਦੇ ਆ। ਮਾਘ ਮਹੀਨੇ ਦਾ ਸ਼ੁਕਲ ਪਕਸ਼, ਸ਼ੁਕਲ ਪਕਸ਼ ਹੁੰਦਾ ਚਾਨਣੀਆਂ ਰਾਤਾਂ, ਔਰ ਅਨਿਸ਼ਟ ਪਕਸ਼ ਹੁੰਦਾ ਚਾਨਣੀਆਂ ਰਾਤਾਂ। ਜਿੰਨੇ ਸਾਡੇ ਦੇਵੀ ਦੇਵਤਿਆਂ ਦੇ ਅਵਤਾਰ ਹੋਏ ਹੈ ਸਿਵਾਏ ਇੱਕ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਕਾਲੀਆਂ ਰਾਤਾਂ 'ਚ ਹੋਇਆ, ਬਾਕੀ ਸਾਰੇ ਅਵਤਾਰ ਜਿਹੜੇ ਆ ਸ਼ੁਕਲ ਪਕਸ਼ ਵਿੱਚ ਹੋਏ। ਸਾਡੇ ਜਿਤਨੇ ਵੀ ਅਵਤਾਰ ਨੇ ਸਭ ਡਾਰਕ ਕੰਪਲੈਕਸ਼ਨ, ਗੋਰੇ ਚਿੱਟੇ ਨਹੀਂ ਸੀ, ਸਮਝਦੇ ਹੋ? ਤੁਸੀਂ ਦੇਖਦੇ ਹੋ ਰਾਧਾ ਰਾਣੀ, ਭਗਵਾਨ ਕ੍ਰਿਸ਼ਨ ਜੀ ਦੇ ਮੰਦਰ 'ਚ ਜਾਂਦੇ ਆ, ਰਾਧਾ ਰਾਣੀ ਤਾਂ ਠੀਕ ਠਾਕ ਹੈ,